वाहे गुरु जी का खालसा, वाहे गुरु जी की फतेह। दूरों नेड़ों चल के साहिब श्री गुरु ग्रंथ साहिब सच्चे पातशाह जी दे पावन चरणा कमला में बैठ करके शाम दे दीवाना दा आप जी आनंद माण रहे हो। आओ इन्हां घड़ियां नूं सवलिया करिए। गुर इतिहास के पावन प्रकरणों के विचों पौराणिक कथा दे ताई आप जी ने सरवण किया है। पांडवा ने किवे किवे दुख झेले, दुख भी उन्होंने झलने पे जिन्हों के नाल कृष्ण जी संग सहाई होते। बारह साल का बनवास कटिया, 13वें साल में राजे विराट के नौकर बन के रहे। पंजे पांडवों ने साल भर गुलामी की। द्रौपदी राणी की गुलाम बन के गोली बन के रही है। अंतां दा सोहना चेहरा, सोहने हाव भाव। द्रौपदी की जिंदगी की मुसीबत बने हुए है। राजे वैराट की पत्नी का भरा प्रीचक जो सुभाव के अपनी भैन के घर आया, जिदे को 10,000 हाथियों की फौज है, अपने वक्त का राजा। भैन के महलों के जो गोली नू वेख्या, मन बेईमान हो गया। वो अपनी सोच मुताबिक सोचता है, असि राजे महाराजे के ते गुलाम लोग ने, हक समझदा है। बड़ी बार द्रौपदी को बुलाने का यत्न किया, वो हर बार कहती है मेरे नाल पांच गंधर्व ने, जे किसी ने मैनू माड़ी मैली अख नाल वेखिया मार मकाउणगे। पर क्रीचर कामी हो गया, बुद्धि भ्रष्ट हो गई, इस करके उन्हें हुण मौत तो भी डर नहीं लगता। एक दिन सहज सुभा समा जहा ताड़ के द्रौपदी की बांह फड़ गई। बड़ी मुश्किल के नाल मच्छी वांग तड़फ दी द्रौपदी ने बांह छुड़ाई। राजे विराट की सभा च भजी आई, शायद इतने कोई बजा ले। पंजे पांडव नुकल, सहदेव, अर्जुन, भीम सारे दे सारे बच्चे पर बेबस हाँ। द्रौपदी रोंदी है, कुड़ा रही है, कोई पुकार नहीं सुनता। इन्हों सारे प्रकरणा आप जी ने सरवण किया है। मैं कथा तो पहला बेनती कर दिया, इन्हों प्रसंगा सुनना जा सुना सिर्फ इन्ना ही भाव है। रोवै पांडव भए मजूर, कैरव भी रोए ते रोण वालिया विच वड्डे पांडव भी ने, जिन के स्वामी रहत हजूर। कोई होर मनशा भावना नहीं है, सिर्फ ये दर्शाया गया है गुरबाणी ने
ਵੀ ਕਿਹੜੇ ਕਿਹੜੇ ਦੁੱਖ ਚੱਲੇ ਆ। ਹੁਣ ਮਹਾਭਾਰਤ ਸਾਰੇ ਜਾਣਦੇ ਆ, ਪਰ ਆਹ ਜੋ ਕੁਝ ਸੁਣ ਰਹੇ ਹੋ ਇੱਥੇ ਕੋਈ ਕੋਈ ਗੱਲ ਸਭ ਨੂੰ ਪਤਾ। 12 ਸਾਲਾਂ ਦਾ ਵਨਵਾਸ ਕੱਟਿਆ, ਛੁਪ ਛੁਪ ਕੇ ਰਹਿੰਦੇ ਰਹੇ, ਪਰ ਰਾਜੇ ਵਿਰਾਟ ਦੇ ਘਰ ਵਿੱਚ ਇਹਨਾਂ ਨਾਲ ਕੀ ਕੁਝ ਹੁੰਦਾ ਰਿਹਾ ਕਿ ਇੱਥੇ ਸੁਖੀ ਨੇ। ਉਹਨਾਂ ਦੀ ਜ਼ਿੰਦਗੀ ਦੇ ਪਹਿਲੂ 'ਤੇ ਝਾਤ ਮਾਰੀ ਜਾ ਰਹੀ ਹੈ। ਗੁਰੂ ਸਾਹਿਬ ਇਹ ਪ੍ਰਕਰਨ ਭਾਈ ਮਰਦਾਨਾ ਜੀ ਨੂੰ ਸੁਣਾ ਰਹੇ ਨੇ, ਅਤੇ ਫਿਰ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਬੜੇ ਵਿਸਥਾਰ ਸਹਿਤ ਪੇਸ਼ ਕੀਤਾ ਇਹਨਾਂ ਚੀਜ਼ਾਂ ਨੂੰ ਸੁਣ ਕੇ ਨਾ ਹਿਰਦੇ ਵਿੱਚ ਬੂਸਟ ਹੁੰਦਾ ਹੈ, ਇੱਕ ਐਨਰਜੀ ਆਉਂਦੀ ਹੈ, ਦੁੱਖਾਂ ਦੇ ਨਾਲ ਲੜਨ ਦੀ ਸਮਰੱਥਾ ਵੱਧਦੀ ਹੈ, ਮਨ ਡੋਲਣੋਂ ਹਟ ਜਾਂਦਾ। ਯਾਰ ਵੱਡੇ ਵੱਡੇ ਐਡੇ ਦੁਖੀ ਹੋਏ ਤੇ ਸਾਡੇ ਦੇ ਦੁੱਖ ਦੁਖੀ ਨਹੀਂ, ਇਹ ਹੈ ਹੀ ਕੁਛ ਨਹੀਂ। ਬਾਕੀ ਸਭ ਧਰਮਾਂ ਦਾ ਸਤਿਕਾਰ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਹੈ। ਜੇ ਗੱਲ ਗੁਰਬਾਣੀ ਨੇ ਕੀਤੀ ਹੈ ਕਿ ਪ੍ਰਕਰਨ ਛੱਡਿਆ ਨਹੀਂ ਜਾ ਸਕਦਾ, ਉਹ ਭਾਵੇਂ ਕਿਸੇ ਧਰਮ ਦਾ ਹੋਵੇ, ਕਿਸੇ ਮਜ਼ਹਬ ਦਾ ਹੋਵੇ, ਔਖੇ ਤੋਂ ਔਖਾ, ਔਖੇ ਤੋਂ ਔਖਾ, ਸਖ਼ਤ ਤੋਂ ਸਖ਼ਤ ਹੋਵੇ, ਕੋਈ ਲੱਖ ਉਰੇਤ ਕਰੇ, ਪਰ ਜੋ ਲਿਖਿਆ ਉਹ ਸੁਣਾਉਣਾ ਸਾਡਾ ਫਰਜ਼ ਹੈ। ਆਓ ਇਕਾਗਰਤਾ ਬਣਾਈਏ। ਬਖਸ਼ੋ ਆਸੀਸ ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਗੁਰੂ ਸਾਹਿਬ ਜੀ, ਸਤਨਾਮ ਸ੍ਰੀ ਗੁਰੂ ਸਾਹਿਬ ਜੀ। ਦੋਹਰਾ ਕ੍ਰੀ ਚਗਤਾਇਓ ਸੰਗਤ ਹੈ ਬੱਕਰੀ ਸਭਾ ਮਜਰ, ਮਹਾਬਲੀ ਤਹਿ ਜਾਨਕੈ ਨਿਰਪਤ ਨਕੀਏ ਹਟਕਾਰ। ਜਦੋਂ ਵਿਰਾਟ ਰਾਜੇ ਦੀ ਪਤਨੀ ਦਾ ਭਰਾ ਕੀਚਕ ਜਿਹਦੀ ਅੱਖ ਵੀ ਮੈਲੀ, ਸੋਚ ਵੀ ਮੈਲੀ, ਖਿਆਲ ਵੀ ਮੈਲੇ, ਤੇ ਅੱਖ ਕਰਨ ਵੀ ਮੈਲਾ ਕਰਨ ਚੱਲੇ, ਇੱਕ ਮਾਸੂਮ ਅਬਲਾ ਨਾਰੀ ਜਿਹਦਾ ਸੁਹੱਪਣ, ਜਿਹਦਾ ਸੋਹਣਾ ਚਿਹਰਾ, ਜਿਹਦੀ ਸੁੰਦਰਤਾ ਜਿਹਦੇ ਲਈ ਅੱਜ ਦੁਸ਼ਮਣ ਬਣ ਗਈ। ਜਦੋਂ ਭਰੇ ਦਰਬਾਰ ਵਿੱਚ ਦਰੋਪਦੀ ਆ ਕੇ ਰਾਜੇ ਦੇ ਪੈਰਾਂ 'ਤੇ ਡਿੱਗੀ ਨਾ, ਵਿਰਾਟ ਰਾਜੇ ਦੇ ਰੋ ਕੇ ਕਹਿੰਦੀ ਰਾਜਣ ਤੂੰ ਮੇਰੀ ਪੱਤ ਕੱਜ ਲਾ, ਤੂੰ ਰਾਜਾ ਏ ਇਨਸਾਫ ਕਰੇਗਾ। ਇੰਨੇ ਨੂੰ ਕ੍ਰੀਚਕ ਨੇ ਮਹਿਲ ਵਿੱਚ ਪ੍ਰਵੇਸ਼ ਕੀਤਾ, ਸਭ ਪੰਜੇ ਪਾਂਡਵ ਵੇਖ ਰਹੇ ਆ ਦ੍ਰਿਸ਼। ਅੱਜ ਦੂਜੀ ਵਾਰ ਹੋਇਆ, ਪਹਿਲੀ ਵਾਰ ਦੁਰਯੋਧਨ ਦੀ ਸਭਾ ਦੇ ਵਿੱਚ ਜਦ ਚੀਰ ਹਰਨ ਕੀਤਾ ਗਿਆ ਦੁਸ਼ਾਸਨ ਵੱਲੋਂ, ਉਦੋਂ ਵੀ ਬੇਵੱਸ ਬੈਠੇ ਸੀ। ਬਸ ਅੱਜ ਵੀ ਚੱਲਦਾ, ਵਕਤ ਵੇਖੋ ਰਾਜਿਆਂ ਦੇ ਹੱਥ ਕਿਵੇਂ ਬੰਨ ਹੁੰਦਾ। ਜੇ ਉਹ ਵਕਤ ਚਾਹੇ ਨਾ ਦਾਨੀਆਂ ਤੋਂ ਭੀਖ ਮੰਗਾ ਦਿੰਦਾ, ਤੇ ਜੇ ਉਹ ਵਕਤ ਬਦਲ ਜਾਏ ਤੇ ਭੀਖ ਮੰਗਣ ਵਾਲਿਆਂ ਨੂੰ ਬਾਦਸ਼ਾਹ ਬਣਾ ਦਿੰਦਾ। ਰਾਜੇ ਵਿਰਾਟ ਦੀ ਕਚਹਿਰੀ ਵਿੱਚ ਬੈਠੇ 5 ਦੇ 5 ਪਾਂਡਵ ਚੁੱਪ ਚੁਪੀਤੇ ਅੱਖਾਂ ਨੀਵੀਆਂ ਕਰਕੇ ਸਭ ਸੁਣ ਰਹੇ ਨੇ ਸ਼ੋਰ, ਪਤਨੀ ਨੂੰ ਰੋਂਦੇ ਆ ਕੁਰਲਾਉਂਦੇ ਆ। ਕ੍ਰੀਚਕ ਨੇ ਆ ਕੇ ਸ਼ਰਿਆਮ ਬਾਂਹ ਫੜ ਲਏ, ਖਿੱਚ ਧੂਕੇ ਲੈ ਕੇ ਚੱਲੇ ਆ ਸਭਾ ਦੇ ਵਿੱਚ। ਕਹਿੰਦੇ ਰਾਜੇ ਦਾ ਜ਼ੋਰ ਨਾ ਚੱਲਿਆ, ਇੱਕ ਤੇ ਰਿਸ਼ਤੇਦਾਰੀ ਹੈ, ਦੂਜਾ ਕ੍ਰੀਚਕ ਬਲੀ ਹੈ, ਤੇ ਤੀਜੀ ਗੱਲ ਵੱਡੀ ਇੱਕ ਗੋਲੀ ਹੈ ਨੌਕਰਾਂ ਦੀ। ਨੌਕਰਾਂ ਦੇ ਪਿੱਛੇ ਕੌਣ ਲੜਦਾ ਜੀ? ਸਿਆਣਾ ਬੰਦਾ ਤੇ ਕਦੇ ਨਹੀਂ ਲੜਦਾ, ਨਾ ਹੀ ਉਹ ਇਹਨਾਂ ਗੱਲਾਂ 'ਚ ਪੈਂਦਾ। ਇਹ ਤਾਂ ਇਹਨਾਂ ਦਾ ਲੈਵਲ ਇਹਨਾਂ ਨਾਲ ਹੈ, ਇਹਨਾਂ ਦਾ ਡਿਪਾਰਟਮੈਂਟ ਇਹਨਾਂ ਨੂੜੇ ਹੈ, ਬੇਵਜ੍ਹਾ ਕਿਸੇ ਨਾਲ ਲੱਤ ਫਸਾਉਂਦੇ ਫਿਰ ਉਹ ਮਿਲਦਾ ਤੇ ਕੁਛ ਨਹੀਂ। ਰਾਜਾ ਵਿਰਾਟ ਇਨਸਾਫ ਨਾ ਕਰ ਸਕਿਆ, ਪਰ ਰਾਜੇ ਵਾਸਤੇ ਗੱਲਾਂ ਵੱਡੀਆਂ ਨਹੀਂ ਸੀ, ਉਹ ਚਾਹੁੰਦਾ ਕ੍ਰੀਚਕ ਨੂੰ ਕਾੜ ਸਕਦਾ ਸੀ। ਜਦੋਂ ਕਹਿੰਦੇ ਵਕਤ ਭੈੜਾ ਬਣ ਜਾਂਦਾ, ਉਦੋਂ ਮਿੱਤਰ ਵੀ ਸੱਪ ਬਣ ਕੇ ਡੱਸ ਰਹੇ। ਜਿਨ੍ਹਾਂ ਤੋਂ ਉਮੀਦ ਹੁੰਦੀ ਹੈ ਫਿਰ ਉਹ ਮਾਰਦੇ ਨੇ ਜੋ ਭਈ ਕੁੰਜਰ ਲਤਾ ਕਰਖ ਜਿਉਂ ਲਿਨੀ ਗਹਿ ਕੇ ਲਾਤ ਪਰ ਹਰ ਨਕੀਨੀ। 5 ਪਤੀਆਂ ਦੇ ਸਾਹਮਣੇ ਕ੍ਰਿਚਕ ਨੇ ਉਹਨਾਂ ਦੀ ਧਰਮ ਪਤਨੀ ਦਰੋਪਦੀ ਨੂੰ ਕਹਿੰਦੇ ਏਦਾਂ ਫੜ ਕੇ ਗਲਵੱਕੜੀ ਵਿੱਚ ਲਪੇਟ ਲਿਆ
ਜਿਵੇਂ ਹਾਥੀ ਨੇ ਸੁੰਡ ਨਾਲ ਅਮਰ ਵੇ ਲਪੇਟੀ ਹੋ ਗਈ। ਕਹਿੰਦੇ ਜਦੋਂ ਉਹਨੇ ਲਪੇਟਿਆ ਭੱਜਣਾ ਚਾਹੁੰਦੀ ਆ, ਕਹਿੰਦੇ ਭੱਜਦੀ ਦ੍ਰੋਪਦੀ ਨੇ ਕ੍ਰੀਚਕ ਦੇ ਲੱਤ ਵਾਰ ਦਿੱਤੀ। ਕਿਸੇ ਦੀ ਇੱਜ਼ਤ ਨਾਲ ਖੇਡਣਾ ਖਿਲਵਾੜ ਨਹੀਂ, ਲੱਤ ਵੱਜੀ ਖਿਲਵਾੜ ਹੈ ਲੋਕਾਂ ਦੀ। ਕ੍ਰੀਚਕ ਆਪਣੇ ਪਾਪ ਭੁੱਲ ਗਿਆ, ਆਪਣੇ ਯੌਵਨ ਭੁੱਲ ਗਿਆ ਵੀ ਮੈਂ ਕੀ ਕਰਬੂਤ ਕਰਦਾ। ਕਹਿੰਦੇ ਵੱਜੀ ਹੋਈ ਲੱਤ, ਕਹਿੰਦਾ ਹੇ ਦੋਸਤ ਔਰਤ ਤੇਰੀ ਲੱਤ ਮਾਰੀ ਹੈ, ਕਿੱਡਾ ਗੁਨਾਹ ਬਣ ਗਿਆ। ਕਿਉਂਕਿ ਮਾਇਆਧਾਰੀ ਪੈਸੇ ਵਾਲੇ ਆ ਤੇ ਗਰੀਬ ਦੀ ਇੱਜ਼ਤ ਨੂੰ ਕੋਈ ਇੱਜ਼ਤ ਨਹੀਂ ਮੰਨਦਾ, ਤੇ ਮਾਇਆਧਾਰੀ ਦੇ ਵੱਜੀ ਲੱਤ ਵੀ ਵੱਡਾ ਮੁੱਦਾ ਬਣ ਗਿਆ। ਭੀਮ ਬਿਲੋਕਤ ਰਿਸਿਓਰ ਭਰਾ ਅਰਨ ਬਿਲੋਚਨ ਆਨੰਦ ਕਰਾ। ਜਦੋਂ ਇਹ ਸਭ ਕੁਝ ਭੀਮ ਨੇ ਵੇਖਿਆ, ਹੁਣ ਭੀਮ ਵਰਗਾ ਬਲੀ ਕੌਣ? ਮਹਾਂਭਾਰਤ ਵਿੱਚ ਆਪ ਸੁਣਦੇ ਹੋ ਵੀ ਹਾਥੀ ਪੂਛਾਂ ਤੋਂ ਫੜ ਕੇ ਅਸਮਾਨ ਨੂੰ ਚੜਾ, ਮਤਲਬ ਕਿ ਉਹ ਏਡਾ ਬਲੀ। ਤੇ ਫਿਰ ਇਹੋ ਜਿਹੇ ਬਲ ਦਾ ਕੀ ਕਰਨਾ ਹੈ? ਅੱਖਾਂ ਸਾਹਮਣੇ ਘਰ ਵਾਲੀ ਦੀ ਕੋਈ ਪੱਤ ਲੁੱਟੇ, ਅੱਗ ਲੱਗ ਜੇ ਇਹੋ ਜਿਹੇ ਬਲ। ਕਈ ਵਾਰ ਨਾ ਪਲ ਹੋ ਕੇ ਵੀ ਪਲ ਨਹੀਂ ਰਹਿੰਦਾ। ਗੁਰੂ ਸਾਹਿਬ ਨੇ ਲਿਖਿਆ ਪਲ ਛੁੱਟ ਕੇ ਉਹ ਬੰਧਨ ਕਰੇ, ਕਛੂ ਨਾ ਬੋਲਦੇ ਉਹ ਪਲ। ਅੱਜ ਇਹ ਹਾਲਤ ਬਣੀ ਹੋਈ ਹੈ, ਪਲ ਹੁੰਦੇ ਆ ਪਲ ਵਰਤ ਨਹੀਂ ਸਕਦੇ, ਬੇਵੱਸ ਹਨ। ਇਹਨੂੰ ਕਹਿੰਦੇ ਬੇਵਸੀ। ਬੇਵਸੀ ਕਮਜ਼ੋਰੀ ਨਹੀਂ ਹੁੰਦੀ, ਕਮਜ਼ੋਰ ਹੋਣਾ ਹੋਰ ਚੀਜ਼ ਆ, ਬੇਵੱਸ ਹੋਣਾ ਹੋਰ ਗੱਲ ਹੈ। ਬਲ ਹੁੰਦੇ ਆ ਵੀ ਬਲ ਪ੍ਰਯੋਗ ਕਰ ਨਹੀਂ ਸਕੇ। ਭੀਮ ਨੂੰ ਗੁੱਸਾ ਚੜਿਆ ਜਦੋਂ ਉਹਦੀ ਪਤਨੀ ਦੀ ਬਾਂਹ ਫੜ ਕੇ ਬੁੱਤ ਤੋਂ ਘੜੀਸ ਕੇ ਕ੍ਰੀਚਕ ਲੈ ਕੇ ਚੱਲਿਆ, ਅੱਖਾਂ ਲਾਲ ਹੋ ਗਈਆਂ, ਗੁੱਸਾ ਆਇਆ, ਡੌਲੇ ਫੜਕ ਗਏ। ਜਦੋਂ ਗੁੱਸੇ ਵਿੱਚ ਆ ਕੇ ਆਪਾ ਭੁਲਾ ਬੈਠਾ ਭੀਮ ਸੈਨ, ਕਹਿੰਦੇ ਸਾਹਮਣੇ ਬੈਠਾ ਸੀ ਧਰਮ ਜੀ, ਧਰਮ ਦਾ ਪੁੱਤਰ, ਉਹਨੇ ਅੱਖ ਦੀ ਸੈਨਤ ਮਾਰੀ, ਅੱਖ ਮਾਰ ਕੇ ਇਸ਼ਾਰਾ ਕੀਤਾ, ਓਏ ਭੀਮ ਮਤ ਭੁੱਲ, ਤੂੰ ਸਿਰਫ ਨੌਕਰ ਹੈ, ਪਾਂਡਵ ਨਹੀਂ ਹੈ, ਬਹਿ ਜਾ ਕੇ। ਕਹਿੰਦੇ ਜਦੋਂ ਅੱਖ ਦਾ ਇਸ਼ਾਰਾ ਕੀਤਾ, ਹੁਣ ਭੀਮ ਦੇ ਗੱਲ ਲੰਘ ਗਈ, ਧਰਮ ਪੁੱਤਰ ਹੈ ਜਿਹਦੇ ਸਿਰ। ਉਹਦਾ ਇਸ਼ਾਰਾ ਸੀ ਵੀ ਜੇ ਤੂੰ ਇੱਥੇ ਉੱਠਿਆ ਸਾਡਾ ਪਰਦਾ ਚੱਕਿਆ, ਹੁਣ ਤੇ ਇੱਕ ਦੀ ਮੌਤ ਆਈ ਹੈ ਨਾ, ਇੱਕ ਦਾ ਪਤਾ ਨਹੀਂ ਮਰਨਾ ਬਚਣਾ, ਫਿਰ ਸਭ ਨੂੰ ਮਰਨਾ ਪੈਣਾ ਏ। ਮਹਾ ਬਲੀ ਬੈਠੀ ਪਤ ਪਾਸੂ ਟਹਿਟੀ ਗੈਲੀ ਸਲਾ ਅਵਾਸੂ। ਜਦੋਂ ਇਸ਼ਾਰਾ ਵੇਖਿਆ ਕਿ ਤੇ ਚਾਰ ਪੰਡ ਚੁੱਪ ਚੁਪੀ ਤੇ ਬੈਠੇ ਰਹੇ, ਨੋਕਲ ਸਹਿਦੇਵ ਭੀਮ ਦੁਖੀ ਬਹੁਤ, ਚਿੰਤ ਕਰਦਾ ਇਹਨੂੰ ਵਿੱਚੋਂ ਪਾੜ ਦਈਏ। ਕਹਿੰਦੇ ਪੰਜਾਂ ਦੇ ਸਾਹਮਣੇ ਉਹਦੀ ਪਤਨੀ ਨੂੰ ਫੜਿਆ ਘੜੀਸਿਆ, ਕ੍ਰੀਚਕ ਸਭਾ ਤੋਂ ਬਾਹਰ ਲੱਗਿਆ। ਅੱਜ ਦੂਜੀ ਵਾਰ ਹੋਇਆ, ਪਹਿਲੀ ਵਾਰ ਕੈਰਵਾਂ ਦੀ ਸਭਾ ਦੇ ਵਿੱਚ ਦੁਰਯੋਧਨ ਦੇ ਸਾਹਮਣੇ ਪੰਜ ਦੇ ਪੰਜ ਬੇਵੱਸ ਉੱਥੇ ਹਾਰ ਗਏ ਸੀ। ਇੱਥੇ ਕੀ ਹੋਇਆ? ਇੱਥੇ ਗੁਲਾਮ ਨੌਕਰ ਚਾਹੀਦਾ, ਬੋਲ ਨਹੀਂ ਸਕਦੇ, ਜੇ ਬੋਲਣਗੇ ਤੇ ਪਰਦਾ ਖੁੱਲ ਜਾਣਾ। ਕਹਿੰਦੇ ਚੁੱਪ ਚੁਪੀ ਤੇ ਬੈਠੇ, ਅੰਦਰੋਂ ਅੰਦਰ ਰੋਂਦੇ ਨੇ। ਰੋਏ ਪਾਂਡਵ ਮਿਲਤੇ ਥਾਈ, ਹੁਣ ਹਰ ਨਹਿ ਟਲੇ ਟਲਾਈ। ਪੰਜ ਦੇ ਪੰਜ ਪਾਂਡਵ ਕਹਿੰਦੇ ਭੁੱਬਾਂ ਮਾਰ ਮਾਰੇ ਅੰਦਰੋਂ ਅੰਦਰ ਹੀ ਰੋਂਦੇ ਨੇ। ਫਿਰ ਬਾਣੀ ਨੇ ਲਿਖਿਆ ਰੋਵੇ ਪਾਂਡਵ ਭਏ ਮਜ਼ਦੂਰ, ਮਜਬੂਰੀ ਬਸ ਮਜ਼ਦੂਰ ਬਣ ਕੇ ਅੱਜ ਪੰਜ ਦੇ ਪੰਜ ਪਤੀ ਰੋਂਦੇ ਨੇ, ਚਾਹ ਕੇ ਵੀ ਆਪਣੀ ਪਤਨੀ ਨੂੰ ਛਡਾ ਨਹੀਂ ਸਕਦੇ, ਐਡਾ ਹੀ ਬੇਵੱਸ ਹੋ ਗਏ, ਇੰਨੀ ਮਾੜੀ ਹਾਲਤ ਹੋ ਗਈ। ਕਹਿੰਦੇ ਰੋਏ ਜੀ, ਪਰ ਉਸ ਵੇਲੇ ਯੁਧਿਸ਼ਠਿਰ ਨੇ ਆਖਿਆ, ਕਹਿੰਦੇ ਹੋਣੀ ਨੂੰ ਇਹੀ ਮਨਜ਼ੂਰ ਸੀ, ਜੋ ਹੋਣਾ ਏ ਉਹਨੇ ਹੋ ਕੇ ਰਹਿਣਾ ਏ। ਆਦਿਕ ਦੁਖੇ ਹੋਏ ਮਨ ਮਾਹੀ, ਬਿਨਾ ਗਿਆਨ ਕੈ ਕਬ ਸੁਖ ਨਾਹੀ। ਪਰ ਇੱਕ ਗੱਲ ਯਾਦ ਆਉਂਦੀ ਅੱਜ ਵੀ ਗਿਆਨ ਤੋਂ ਬਿਨਾਂ ਮਨੁੱਖ ਕਦੇ ਸੁਖੀ ਨਹੀਂ, ਬੰਦਗੀ ਦੇ ਗਿਆਨ ਤੋਂ। ਗੁਰੂ ਨਾਨਕ ਸਾਹਿਬ ਨੇ ਹੀ ਤੇ ਸਮਝਾਇਆ ਸੀ ਸੇਵ ਭਾਈ ਮਰਦਾਨਾ, ਮਰਦਾਨੇ ਆ
ਬਾਹਰ ਦੇ ਸੁੱਖ ਤੇ ਬਾਹਰ ਦੇ ਪਦਾਰਥ ਨਾ ਵੇਖੀ ਦੀ ਅੰਦਰ ਬੰਦਗੀ ਤੇ ਰੱਬ ਦੇ ਨਾਮ ਦਾ ਗਿਆਨ ਨਹੀਂ ਨਾ ਸੁਖੀ ਕੋਈ ਨਹੀਂ ਤੇ ਪੰਜੇ ਪਾਂਡਵਾਂ ਕੋਲ ਕਮੀ ਕਾਹਦੀ ਸੀ ਜੀ ਅੱਜ ਰੋਂਦੇ ਆ ਧਾਹਾਂ ਮਾਰ ਮਾਰ ਕੇ ਦੁਖੀ ਬਣੇ ਆ ਜਦ ਇਹ ਸਭ ਕੁਝ ਹੋਇਆ ਭਰੀ ਸਭਾ ਦੇ ਵਿੱਚ ਬੇਬਸ ਬੈਠੇ ਰਹੇ ਕਹਿੰਦੇ ਦਰੋਪਦੀ ਤਾੜ ਤਾੜ ਕੇ ਜਾਂਦੀ ਵੇਖਦੀ ਵੀ ਸੀ ਕੋਈ ਇੱਕ ਤੇ ਉੱਠੇ ਉੱਠਦੇ ਕਿਉਂ ਨਹੀਂ ਉਹ ਬੇਬਸ ਉੱਥੇ ਚਾਹੁੰਦੀ ਆ ਕੋਈ ਇੱਕ ਅੱਧਾ ਉੱਠ ਕੇ ਬੋਲੇ ਮੇਰੀ ਇੱਜ਼ਤ ਬਚਾ ਲਏ ਪਰ ਹੱਥ ਹੁੰਦੇ ਆ ਵੀ ਹੱਥਾਂ ਵਿੱਚ ਜਾਨ ਕੋਈ ਨਹੀਂ ਇਹ ਪਰ ਸੰਗ ਪੂਰਨ ਕਹੋ ਸੁਣਿਓ ਸੰਤ ਇਤਿਹਾਸ ਦਰੁਪਦ ਸੁਤਾ ਦੁਖਿਆ ਤੋਰੇ ਤ੍ਰੇਤੇ ਯੁਗ ਦੀ ਸਭ ਤੋਂ ਹਸੀਨ ਔਰਤ ਸਭ ਤੋਂ ਸੋਹਣੀ ਹਰ ਵਕਤ ਰੋਈ ਹਰ ਪਲ ਰੋਈ ਹਰ ਘੜੀ ਰੋਈ ਐਸਾ ਕਦੇ ਸਮਾਂ ਹੀ ਨਹੀਂ ਆਇਆ ਜਦੋਂ ਵਿਚਾਰੀ ਨੇ ਹੱਸ ਕੇ ਦੇਖਿਆ ਹੋਵੇ ਇੱਕ ਤੋਂ ਇੱਕ ਮੁਸੀਬਤ ਆਉਂਦੀ ਸੀ ਇੱਕ ਤੋਂ ਇੱਕ ਹਰ ਮੁਸੀਬਤ ਪ੍ਰੀਖਿਆ ਲਈ ਸੀ ਹਰ ਮੁਸੀਬਤ ਹਰ ਪਲ ਮਾਰਦੀ ਸੀ ਚੌਪਈ ਤ੍ਰਿਗ ਭੂਪਤ ਤੂੰ ਬੜੋ ਕੁਧਰਮੀ ਲਖੀ ਸਭ ਸਭ ਤੋਰ ਕੁਕਰਮੀ ਜਦ ਵੇਖਿਆ ਦਰੋਪਦੀ ਨੇ ਜਾਂਦਿਆਂ ਵੀ ਇੱਥੇ ਤੇ ਉੱਠਦਾ ਕੋਈ ਨੀ ਬਾਂਹ ਖੜਾਈ ਕ੍ਰਿਚਕ ਤੋਂ ਰਾਜੇ ਵਿਰਾਟ ਨੂੰ ਆ ਕੇ ਆਖਣ ਲੱਗੀ ਲੱਖ ਲਾਨਤ ਤੇਰੇ ਤੇ ਰਾਜਿਆ ਉਹਨੇ ਤੇ ਮੰਨ ਲਿਆ ਮੈਂ ਤੇ ਮਰ ਗਈ ਹਾਂ ਜੇ ਉਹਦੀ ਮਰੀ ਇੱਜ਼ਤ ਨਾ ਰਹੇ ਤੇ ਜਿਉਣਾ ਡਰ ਨਾ ਜੇ ਜੀਵੇ ਪੱਤ ਲੱਥੀ ਜਾਏ ਸਭ ਹਰਾਮ ਦਿੱਤਾ ਰਿਸ਼ਤਾ ਫੁੱਕ ਕੇ ਰਾਜੇ ਵਿਰਾਟ ਦੇ ਮੂੰਹ ਤੇ ਕਹਿੰਦੀ ਨਮਰਦ ਰਾਜਿਆ ਨਮਰਦਾਂ ਦੀ ਸਭਾ ਵਿੱਚ ਇੱਥੇ ਮਰਦ ਕੋਈ ਨਹੀਂ ਵਿੱਚ ਹੀ ਪੰਜੇ ਪਾਂਡਵ ਹੋਰ ਤੇ ਆਖੋ ਸਤਨਾਮ ਕੀ ਕਰਨਾ ਇਹੋ ਜਿਹੇ ਮਰਦਾਂ ਜਿਹੜੇ ਪੱਤ ਨਾ ਰੱਖ ਸਕੇ ਬੇਬਸ ਹੋ ਕੇ ਬੈਠੇ ਆ ਫੁੱਕ ਕੇ ਆਖਣ ਲੱਗੇ ਕਹਿੰਦੀ ਤ੍ਰਿਗ ਤੁਹਾਡੇ ਤੇ ਲਾਹਤ ਹੈ ਤੁਹਾਡੇ ਇੱਕ ਔਰਤ ਬੇਬਸ ਹੈ ਉਹਦੀ ਪੱਤ ਦਾ ਖਿਲਵਾੜ ਹੋ ਰਿਹਾ ਹੈ ਤੇ ਤੁਸੀਂ ਹੱਸ ਰਹੇ ਹੋ ਬੈਠੇ ਕਹਿੰਦੀ ਸੁਣ ਕੇ ਪੰਜੇ ਪਾਂਡਵਾਂ ਨੇ ਵੀ ਮੂੰਹ ਨੀਵਾਂ ਕਰ ਲਿਆ ਤੇ ਸਭਾ ਚ ਸੈਨਾਪਤੀ ਵਜ਼ੀਰ ਸਾਰੇ ਸ਼ਰਮਿੰਦੇ ਹੋ ਗਏ ਕਿਸੇ ਨੂੰ ਧਰਤੀ ਥਾਂ ਨਾ ਦੇਵੇ ਮੰਮੀ ਅਗੀ ਦੁਸ਼ਟ ਮਤਵਾਰੋ ਤ੍ਰਿਗ ਤੁਮੈ ਨਹਿ ਕਰਤ ਨਿਵਾਰੋ ਦੁਖੀ ਬੰਦਾ ਕੀ ਨਹੀਂ ਬੋਲਦਾ ਅੰਦਰੋਂ ਬੋਲਦਾ ਨਾ ਕਹਿੰਦੀ ਓਏ ਕਾਮੀਆਂ ਰਾਜਿਆ ਓਏ ਪਾਪੀ ਰਾਜਿਆ ਓਏ ਦੁਸ਼ਟ ਰਾਜਿਆ ਜਿਹੋ ਜਿਹਾ ਅਪਰਾਧੀ ਪਾਪੀ ਔਗਣਾਂ ਦਾ ਭਰਿਆ ਤੂੰ ਉਹੋ ਜੀ ਤੇਰੀ ਸਭਾ ਉਹੋ ਜੇ ਤੇਰੇ ਸੈਨਾਪਤੀ ਜਦੋਂ ਅਗਲੀ ਨੇ ਰਾਜਾ ਨਹੀਂ ਬਖਸ਼ਿਆ ਤੇ ਬਾਕੀਆਂ ਦੀ ਕੀ ਪਰਵਾਹ ਜੀ ਪਰ ਕਰੇਗੀ ਜਦ ਕੋਈ ਚਾਰਾ ਹੀ ਨਹੀਂ ਚੱਲਦਾ ਕੋਈ ਖੜਾ ਹੀ ਨਾਲ ਨਹੀਂ ਬਗਾਨਿਆਂ ਦੀ ਗੱਲ ਛੱਡੋ ਆਪਣਾ ਇੱਕ ਪਤੀ ਨਹੀਂ ਪੰਜ ਬੈਠੇ ਆ ਪੰਜਾਂ ਦੇ ਸਿਰ ਨਹੀਂ ਕੀਤੇ ਹੋਏ ਆ ਕਹਿੰਦੇ ਰੋ ਰੋ ਕੇ ਹੱਥ ਕਰ ਕਰਕੇ ਆਖੇ ਕਹਿੰਦੇ ਇਹੋ ਜੇ ਮਰਦਾਂ ਦੇ ਨਾਲੋਂ ਕੱਲਿਆਂ ਮਰ ਜਾਣਾ ਚੰਗਾ ਮਰ ਜਾਣਾ ਚੰਗਾ ਰਾਜਨ ਇਹ ਮੁਰਦਿਆਂ ਦੀ ਸਭਾ ਹੈ ਸਭਾ ਵਿਖੇ ਬੈਸੀ ਤ੍ਰਿਗ ਤਿੰਨ ਕੋ ਦੇਖੋ ਛੀਨ ਪਇਓ ਬਲ ਜਿਨ ਕੋ ਕਹਿੰਦੇ ਸਭਾ ਚ ਬੈਠੇ ਫਿਰ ਉਹਨੇ ਪੰਜੇ ਪਾਂਡਵਾਂ ਨੂੰ ਵੀ ਕਿਹਾ ਤਰੀਕੇ ਨਾਲ ਸਭਾ ਵਿੱਚ ਬੈਠੇ ਵੱਡੇ ਵੱਡੇ ਨਾ ਮਰਦ ਜੋਦੇ ਮਰਦ ਨਹੀਂ ਨੇ ਕਹਿੰਦੇ ਉਹਨਾਂ ਨੂੰ ਵੀ ਤ੍ਰਿਗ ਉਹਨਾਂ ਨੂੰ ਵੀ ਸੌ ਵਾਰ ਲੱਖ ਲਾਨਤ ਸੌ ਵਾਰ ਡਿਡੇ ਮੂੰਹ ਜਿਹੜੇ ਚਾਹ ਕੇ ਵੀ ਕੁਝ ਕਰ ਨਹੀਂ ਸਕਦੇ ਪਰ ਕਰਨ ਦੇ ਸਮਰੱਥ ਸੀ ਆਖੋ ਸਤਨਾਮ ਗੱਲ ਤੇ ਸੱਚੀ ਕੀ ਕਰਨਾ ਇਹੋ ਜਿਹੇ ਬੁੱਧ ਦਿਲਾਂ ਦੀ ਸਭਾ ਦਾ ਜਿੱਥੇ ਕੋਈ ਸੇਫ ਨਾ ਹੋਵੇ ਜਿੱਥੇ ਕਿਸੇ ਦਾ ਦੁੱਖ ਜਾਣੇ ਹੀ ਨਾ ਜਾਵੇ ਉਹ ਪੱਥਰਾਂ ਦਾ ਬਜਾਰ ਰੱਖ ਜਿੱਥੇ ਕੋਈ ਕਿਸੇ ਮਨੁੱਖ ਨੂੰ ਦੁਖੀ ਵੇਖ ਰੋਂਦਾ ਵੇਖ ਕਦੇ ਗਲ ਨਾ ਲਾਵੇ ਹੋ ਕਬੋਲ ਬੋਲ ਤਪੀ ਬੇ ਬਲ ਚੱਲਿਓ ਐ ਚਲੇ ਬਲ ਕਰ ਨਿਜ ਥਲ ਐਵੇਂ ਨੂੰ ਕ੍ਰਿਸ਼ਕ ਨੇ ਬਾਹ ਫੜੀ ਘੜੀਸ ਕੇ ਲੈ ਗਿਆ ਸਭਾ ਤੋਂ ਬਾਹਰ ਉਦੋਂ ਵੀ ਉਹ ਬੋਲ ਕਬੋਲ ਬੋਲਦੀ ਜਾਂਦੀ ਹੈ ਉਹ ਖੁਸ਼ੀ ਨਾਲ ਥੋੜਾ ਬੋਲ ਅੱਜ ਦੀ ਉਹਦਾ ਰਾਖਾ ਹੀ ਕੋਈ ਉਹਨੂੰ ਬਚਾਉਣ ਵਾਲਾ ਹੀ ਕੋਈ ਪੰਜਾਂ ਪਾਂਡਵਾਂ ਤੇ ਮਾਣ ਸੀ ਜਿਹਨਾਂ ਦਾ ਕਦੇ ਮਾਣ ਕਰਕੇ ਕਹਿੰਦੀ ਸੀ ਮੇਰੇ ਵੱਲ ਹੱਥ ਮੈਲੀ ਕਰਕੇ ਕੋਈ ਵੇਖੂ ਤੇ ਗੰਧਾਰ ਮਾਰਦੇ ਹੁੰਦੀ ਅੱਜ ਦੀ ਗੰਧਾਰ ਵੀ ਨਹੀਂ ਖੰਘ ਉਹ ਵੀ ਚੁੱਪ ਬਣੇ ਬੈਠੇ ਆ
ਦੋਨੋਂ ਵੱਡਾ ਹੋ ਗਿਆ। ਕਹਿੰਦੇ ਜਦੋਂ ਬਾਹਰ ਖਿੱਚ ਕੇ ਲੈ ਗਿਆ ਨਾ ਭੀਮ ਚੰਦ, ਮਾਫ ਕਰਿਓ ਭੀਮ ਸੈਨ ਵੇਖਦਾ ਧਨਰਾਜ ਕੋਲ, ਧਨਰਾਜ ਦਾ ਪੁੱਤਰ ਯੁਧਿਸ਼ਠਿਰ, ਉਹਨੂੰ ਇਸ਼ਾਰਾ ਕਰਦਾ ਕਿ ਅਰਬੋਲੀ ਨਾ ਚੁੱਪ ਰਿਹਾ, ਜੇ ਥੋੜ੍ਹੀ ਜਿਹੀ ਵੀ ਭਾਫ ਨਿਕਲ ਗਈ ਮਾਰੇ ਜਾਵਾਂਗੇ। ਭੀਮ ਨੂੰ ਇੱਕ ਚੜ੍ਹਦੀ ਇੱਕ ਲੱਤ ਦੀ ਕਿ ਸਾਡੀ ਪਤਨੀ ਦੀ ਇੱਜ਼ਤ ਲੁੱਟ ਰਹੀ ਹੈ ਅਤੇ ਇਹੋ ਜਿਹਾ ਜਿਉਣਾ ਜੱਗ 'ਤੇ ਕਾਹਦਾ ਜਿਉਣਾ, ਕਿਉਂਕਿ ਬੇਵੱਸ ਹੈ। ਕਹਿੰਦੇ ਜਦੋਂ ਰੋਂਦੀ ਜਾ ਰਹੀ ਹੈ ਉਹਦੀਆਂ ਰੋਂਦੀ ਦੀਆਂ ਆਵਾਜ਼ਾਂ ਕੰਨਾਂ 'ਚ ਪੈਂਦੀਆਂ ਨੇ, ਸਿਰ ਵੱਟਣ ਨੂੰ ਹੋਇਆ ਪਿਆ, ਪਰ ਕਹਿੰਦੇ ਉੱਤੋਂ ਉੱਤੋਂ ਹੱਸ ਕੇ ਜੇ ਵਿਖਾਉਂਦੇ ਕਿਤੇ ਰਾਜੇ ਨੂੰ ਸ਼ੰਤ ਨਾ ਹੋ ਜਾਵੇ। ਔਖਾ ਤਾਂ ਬਹੁਤ ਆ ਨਾ, ਰੱਬ ਕਰੇ ਕਦੇ ਵੀ ਕੋਈ ਐਸੀ ਮੁਸੀਬਤ ਵਿੱਚ ਦੁਸ਼ਮਣ ਵੀ ਨਾ ਆਵੇ, ਕਿਸੇ ਦੁਸ਼ਮਣ 'ਤੇ ਵੀ ਕੋਈ ਵਕਤ ਨਾ ਪਵੇ, ਕਦੇ ਢਿੱਲ ਨਾ ਪਵੇ। ਦਰੋਪਦੀ ਵਿੱਚ ਐਨ ਹੋਈ ਰੋਂਦੀ ਕਰਲਾਉਂਦੀ, ਤ੍ਰਿਚ ਕਦੇ ਤਰਲੇ ਕਰਦੀ ਜਾਂਦੀ ਹੈ, ਕਹਿੰਦੀ ਮੈਂ ਤੇਰੇ ਪੈਰ ਫੜਦੀ ਹਾਂ, ਤੇਰੇ ਪੈਰਾਂ 'ਤੇ ਮੱਥਾ ਟੇਕਦੀ ਹਾਂ, ਮੇਰੀ ਇੱਜ਼ਤ ਬਖਸ਼ ਦੇ, ਮੈਂ ਬੇਵੱਸ ਹਾਂ। ਕਹਿੰਦੇ ਕਿੱਥੇ ਤੇਰੇ ਪੰਜ ਗੰਧਰਵ? ਕਹਿੰਦੀ ਹੁਣ ਉਹਨੇ ਆਉਣਗੇ ਆਖੋ ਸਤਨਾਮ, ਆਏ ਨਹੀਂ ਉਹਨੇ ਆਪ ਛੱਡਤੀ ਵੀ ਇਹੋ ਜਿਹੇ ਲੋਕਾਂ ਤੋਂ ਹੀ ਹੈ ਜੋ ਆਪਣੇ ਹੋ ਕੇ ਵੀ ਆਪਣੇ ਕਦੇ ਬਣੇ ਵੀ ਨਾ। ਦਿਸ਼ਨ ਤੇ ਆਸ ਚੁਕਾਏ, ਛੁੱਟਣ ਹੇਤ ਨਿਜ ਕੀ ਨ ਉਪਾਏ, ਬੜੇ ਯਤਨ ਕੀਤੇ ਛੁੱਟਣ ਦੇ ਵੀ, ਜੇ ਛੱਡ ਦਵੇ ਉਹ ਛੱਡਦਾ ਕਿੱਥੇ, ਇੰਨਾ ਬਲੀ ਤੇ ਔਰਤ 'ਚ ਕਿੰਨਾ ਕਮਜ਼ੋਰ ਹੁੰਦਾ ਹੈ, ਫੁੱਲ ਦੀ ਕਮੀ ਸੀ ਵਿਚਾਰੀ, ਬੇਵੱਸ ਸੀ ਅਵਲਾ। ਜਦੋਂ ਰੋਂਦੀ ਕਰਲਾਉਂਦੀ ਜਾ ਰਹੀ ਹੈ, ਤੜਫਦੀ ਹੈ, ਹੱਥ ਵੀ ਜੋੜਦੀ ਹੈ, ਪੈਰ ਵੀ ਫੜਦੀ ਹੈ, ਉਹ ਠੋਕਰਾਂ ਮਾਰਦਾ ਹੈ ਕਿਤੇ, ਫਿਰ ਉਹਨੇ ਜਦੋਂ ਸਭ ਦੀ ਯਾਦ ਛੱਡਤੀ ਨਾ, ਅਸਮਾਨ ਦੀ ਤਰਫ ਮੂੰਹ ਕਰਕੇ ਰੱਬ ਅੱਗੇ ਪੁਕਾਰ ਕਰਤੀ, ਰੱਬਾ ਦੀ ਹੱਥ ਜੋੜਨ ਜੋਗੀ ਵੀ ਨਹੀਂ, ਡਾਂਡਿਆ ਅੱਗੇ ਤੂੰ ਪੱਤ ਰੱਖੀ ਅੱਗ ਰੱਖ ਲੈ, ਇੱਥੇ ਦੀ ਹੁਣ ਤੂੰ ਕਿਸੇ ਵਿੱਚ ਆਪ ਆ ਕੇ ਵਰਤਾ ਖੋ ਸਭ ਨਾਮ, ਤੈਨੂੰ ਵਰਤਣ ਆ ਪੈਣ ਜੇ ਅੱਜ ਤੇਰੀ ਭਗਤੜੀ ਦੀ ਇੱਜ਼ਤ ਚਲੇ ਗਈ, ਮੇਰਾ ਕੀ ਰਹਿ ਗਿਆ ਪਿੱਛੇ, ਕੋਈ ਨਹੀਂ ਮੇਰਾ, ਮੈਂ ਸਭ ਨੂੰ ਆਪਣਾ ਬਣਾਇਆ ਪਰ ਮੇਰਾ ਬਣਿਆ ਕੋਈ ਨਾ, ਉਹ ਜੁਗਤ ਪੀਤੇ ਬੈਠੇ ਆ, ਉਹ ਕਰ ਕੁਝ ਨਹੀਂ ਰਹੇ, ਮੈਨੂੰ ਛਡਾਉਂਦੇ ਨਹੀਂ, ਕਹਿੰਦੇ ਰੱਬ ਅੱਗੇ ਤਰਲਾ ਕਰਦੀ ਹੈ। ਅਰਦਾ ਪੰਥ ਪਹੁੰਚੇ ਜਬ ਆਏ, ਵਿੱਚ ਕਸੋ ਤਬ ਗਿਰਾ ਅਲਾਏ, ਵਿੱਚ ਦਬਾ ਫੜ ਕੇ ਬਹੁਤ ਦੂਰ ਤੱਕ ਲੈ ਗਿਆ, ਹੁਣ ਦ੍ਰੋਪਦੀ ਸੁਣਨਾ ਬੋਲਦੀ ਨਹੀਂ, ਚੁੱਪ ਹੋ ਗਈ, ਤੇ ਕ੍ਰਿਚਕ ਨੂੰ ਲੱਗਿਆ ਸ਼ਾਇਦ ਮੇਰੇ ਪਾਪ ਦੀ ਇਹ ਸਹਿਪਾਠੀ ਆ, ਮਤਲਬ ਇਹਨੇ ਆਪਣਾ ਮਨ ਮਨਾ ਲਿਆ ਮੇਰੇ ਨਾਲ ਜਾਣ ਦੇ। ਜਦੋਂ ਕਹਿੰਦੇ ਕਾਫੀ ਦੂਰ ਤੱਕ ਚਲੇ ਗਈ ਤੇ ਦ੍ਰੋਪਦੀ ਨੇ ਸੋਚਿਆ ਮਨਾ, ਲੋਕਾਂ ਦੇ ਮੋਢਿਆਂ ਤੇ ਜਨਾਜੀ ਉੱਠਦੇ ਆ, ਕੁਝ ਆਪ ਨਹੀਂ ਕਰਨਾ, ਆਪ ਹੀ ਕਰ ਕੁਛ, ਰੱਬ ਅੱਗੇ ਅਰਦਾਸ ਕੀਤੀ, ਉਹ ਕੱਲੀ ਅਰਦਾਸ ਤੇ ਥੋੜਾ ਬੈਠੀ ਹੈ, ਅਰਦਾਸ ਕਰਨੀ ਚਾਹੀਦੀ ਹੈ, ਅਰਦਾਸ ਬਹੁਤ ਵੱਡੀ ਸ਼ਕਤੀ ਹੈ, ਪਰ ਜੇ ਅਰਦਾਸ ਕਰਕੇ ਤੁਸੀਂ ਸੌਂ ਜਾਓਗੇ ਵਾਹਿਗੁਰੂ ਸਵੇਰੇ ਉਠਾ ਦੀ, ਉਹਨੇ ਕੀ ਲੈਣਾ ਵੀ ਤੈਨੂੰ ਉਠਾ ਦੇ, ਉਹਦੇ ਬਲ ਬਖਸ਼ੇਗਾ, ਤੁਸੀਂ ਅਰਦਾਸ ਕਰਕੇ ਆਪ ਜ਼ਿੰਦਗੀ 'ਚ ਮਿਹਨਤ ਨਾ ਕਰੋ, ਚੁੱਪ ਚੁਪੀਤੇ ਅਰਦਾਸ ਕਰ ਲਓ ਵੀ ਕੱਲ੍ਹ ਨੂੰ ਫਲਾਣਾ ਪੇਪਰ ਆਪਾਂ ਤਾਂ ਨਹੀਂ ਜਾਂਦੇ ਨਾ ਪੇਪਰ ਦੇਣਾ, ਠੀਕ ਹੈ ਮਰ ਜਾ ਆਪੇ ਪਾਸ ਕਰ ਦਿੰਦੇ, ਨਹੀਂ ਪਾਸ ਹੁਣ ਕਰਨਗੇ ਜਿਹੜਾ ਮਿਹਨਤ ਕਰੇਗਾ, ਆਸਣਾ ਤੱਕ ਕੇ ਪਰਮਾਤਮਾ ਦਾ ਆਪ ਹਿੰਮਤ ਕਰੇਗਾ। ਗੁਰੂ ਸਾਹਿਬ ਨੇ ਸਾਰੀ ਬਾਣੀ ਵਿੱਚ ਹਿੰਮਤ ਦੀ ਦਾਤ ਦਿੱਤੀ, ਮਿਹਨਤ ਦੀ ਗੱਲ ਕੀਤੀ, ਕਿਰਤ ਕਰਨ ਦਾ ਜ਼ਿਕਰ ਕੀਤਾ, ਕਰਦੇ ਸਹੀ ਹੋ। ਕਹਿੰਦੇ ਅਰਦਾਸ ਤੋਂ ਬਾਅਦ ਉਹਨੇ ਮਿਹਨਤ ਕੀਤੀ, ਕਹਿੰਦੀ ਰੱਬਾ ਆਖਰੀ ਮੇਰੀ ਇਹ ਮਿਹਨਤ ਹੈ ਤੇਰੀ ਅੱਗੇ, ਮੈਂ ਮਿਹਨਤ ਕਰਦੀ ਹਾਂ, ਹਿੰਮਤ ਕਰਦੀ ਹਾਂ, ਮੇਰੀ ਹਿੰਮਤ ਵਿੱਚ ਤੂੰ ਵਰਤੀ। ਕ੍ਰਿਸ਼ਕ ਨਾਲ ਨਾ ਫਿਰ ਉਹਨੇ ਚਰਿੱਤਰ ਖੇਡਿਆ, ਚਰਿੱਤਰ ਕਈ ਥਾਂ ਚਰਿੱਤਰ ਡੁੱਬ ਜਾਂਦੇ ਆ ਤੇ ਕਈ ਥਾਂ ਬਚਾ ਜਾਂਦੇ ਆ। ਆਖਣ ਲੱਗੀ ਗੱਲ ਸੁਣ, ਤੂੰ ਮੇਰੇ ਨਾਲ ਜ਼ਬਰਦਸਤੀ ਕਰਨ ਲੱਗਾ, ਤੂੰ ਮੈਨੂੰ ਪਿਆਰ ਕਰਦਾ ਪਰ ਕਦੇ ਮੈਨੂੰ ਪੁੱਛਿਆ ਮੈਂ ਤੈਨੂੰ ਪਿਆਰ ਕਰਨ ਲਈ ਨਹੀਂ ਕਰਦੀ। ਕ੍ਰਿਸ਼ਨ ਦਿੰਦਾ ਹੋਇਆ ਫਿਰਦਾ ਸੀ ਕਾਮ ਵਾਸ਼ਨਾ ਵਿੱਚ, ਉਹਨੂੰ ਸੋਝੇ ਕੁਝ ਨਾ, ਕਹਿੰਦੀ ਵੇ ਸੱਜਣਾ ਜਰਾ ਗੱਲ ਸੁਣ, ਤੂੰ ਪਿਆਰ ਕਰਦਾ ਮੈਨੂੰ, ਦੇਖੋ ਤੇਰੀ ਗੱਲ ਕਰਦੀ, ਹੋ ਸਕਦਾ ਮੈਂ ਵੀ ਤੈਨੂੰ ਪਿਆਰ ਕਰ ਰਹੀ ਹੋਣਾ, ਹੋ ਸਕਦਾ। ਕਹਿੰਦੀ ਜਦੋਂ ਕ੍ਰਿਸ਼ਨ ਨੇ ਸੁਣਿਆ ਨਾ, ਹੱਥ ਦੀ ਪਕੜ ਢਿੱਲੀ ਹੋ ਗਈ, ਕਹਿੰਦੀ ਗੱਲ ਸੁਣ, ਮੇਰੇ ਗੰਧਰਵ ਮੇਰੇ ਲਈ ਮਰ ਗਏ, ਅੱਜ ਤੋਂ ਤੂੰ ਮੇਰਾ ਮੈਂ ਤੇਰੀ ਹੋ ਗਈ। ਦੋਹਰਾ ਜਬ ਜਾਮਨ ਹੋਵੇ ਤਿਮਰ, ਮਿਲਿਓ ਤਬ ਤੁਮ ਆਏ। ਇਹ ਗੱਲ ਕ੍ਰਿਸ਼ਕ ਨੇ ਸੁਣੀ ਜੀ, ਉਹਦੇ ਤੇ ਧਰਤੀ ਤੋਂ ਪੈਰ ਉੱਠ ਗਏ,
मैं फिर बेनती करा एक चरित्र खेडिया सी बाद लिखदे आ ना 405 चरित्र समाप्त मस्त सुख मस्त अफर लिखे गुरु तरे दुनिया 365 चरित्रां दी गल करदी मेरे कल की धर कहंदे 405 ने 365 दिन साल दे आ जे औरत अपनी आई ते आ जाए पूरा साल ही बर्बादी आ सतनाम पूरा साल की कर सकदा बंदा कुछ भी पंज बैठे आ फेल होए बैठे आ अगली ने अपना तरीका वरत लिया जान बचाउण लई चरित्र वरतिया जावे ते हथियार है किसी की बर्बादी लई वरतिया जाए ते महापाप है ओदी राजनीति कूटनीति कहदी गल सुन मेरा हुण तू है ते मैं तेरी है ते सुन के बड़ा खुश होया कहंदी हथ छड के छड़ता तू और वे लगया भी जिन्हू मैं धक्के नाल हासिल करना चाहता सी वह भी मेरी होनी चाहती बनना चाहती सी वे गल सुन तू जिथे बुलाएगा मैं उथे आवां अज की गल लो जी प्रीचक की मत आसमानी रोए पाती है ਉਹਨੂੰ ਇਹ ਲੱਗਦਾ ਹੈ ਵੀ ਲੈ ਵੀ ਮਿੱਤਰਾ ਆਪਣੀ ਜ਼ਿੰਦਗੀ ਸਫਲ ਹੋ ਗਈ ਇਹ ਆਪਣੀ ਪਤਨੀ ਹੋ ਚੁੱਕੀ ਉਹਨੂੰ ਬੜੇ ਤਰੀਕੇ ਨਾਲ ਮਿੱਠੀ ਆਵਾਜ਼ ਵਿੱਚ ਹਲੀਮੀ ਨਾਲ ਮਨ ਮੋਹ ਕੇ ਆਖਿਆ ਵੇਖ ਬੀਜਦਾ ਤੂੰ ਇੱਦਾਂ ਧੱਕੇ ਨਾਲ ਲੈ ਕੇ ਚੱਲਿਆ ਇੱਜ਼ਤ ਨਹੀਂ ਮੇਰੀ ਰਹਿਣੀ ਮੈਂ ਆਪਣੀ ਸਹਿਮਤੀ ਨਾਲ ਤੇਰੇ ਕੋਲ ਆਉਣ ਲੱਗੀ ਤੇ ਤੈਨੂੰ ਕੀ ਗੱਲ ਹੈ ਕਹਿੰਦਾ ਮੇਰੇ ਤੇ ਕੋਈ ਹੋਈ ਇਹਦੀ ਥਾਂ ਦੱਸ ਹੁਣ ਸੋਈ ਚੱਲੇ नारी औरत जे चाहे तो एक जिंदगी विच आप करामात है औरत एक शक्ति है तभी वह लोग देवी कह के पूजते हैं नहीं भी पत्थर की बना के पूजी चलो तो ज्योदी सारी चलो निकाल भी लैके ज्योदा चूहा लोग मारन लगे टाइम नहीं लाते पत्थर का होते सप ज्योदा निकले मैं कहना कि लक का ही टब्बर कितने है पत्थर का बनया हो और पत्थर की हो जाती है और जिस्मानी हो सदा ही बाड़िया होता है नीचा लगाया जाता है वो बुरा बर्ताव किया जाता है फिर ये विरुद्ध आवाज चुकी से गुरु नानक साहब के घर चंकी त्याग भी चुकी हुई जो कई ना खड़िया उस युग में उन्हें फिर तरीका वरत लिया ਕ੍ਰਿਚਕ ਸਹਿਮਤ ਹੋ ਗਿਆ ਕਹਿੰਦਾ ਠੀਕ ਹੈ ਕਹਿੰਦਾ ਜਿੱਥੇ ਮੈਂ ਬੁਲਾਵਾਂ ਆਏ ਕਿ ਕਹਿੰਦੇ ਬਿਲਕੁਲ ਆਉ ਤੁਹਾਡੀ ਥਾਂ ਤੁਹਾਡਾ ਹੁਕਮ ਮੇਰਾ ਗਰੀਬੜੀ ਦਾ ਇੱਥੇ ਕੀ ਹੈ ਤੁਹਾਡੇ ਰਾਜ ਵਿੱਚ ਰਹਿੰਦੀ ਹਾਂ ਅਸੀਂ ਗੋਲੇ ਲੋਕ ਅਸੀਂ ਗੁਲਾਮ ਲੋਕ ਤੁਸੀਂ ਰਾਜੇ ਮਹਾਰਾਜੇ ਹੋ ਦੂਜੀਏ ਆਪ ਕੋ ਦਿਵਸ ਨਿਜ ਸਕੀਤ ਬਿਤਾਏ ਅੱਖ ਲੱਗੀ ਛੱਡ ਫਿਰ ਸੱਜਣਾ तेरे की बनेगा मैं रात को अपने आप आवानी जिथे कहेगा मैं उठी त्रिचक इन्ना खुश कहता ठीक है फिर उठी चाहिए पापी बंदा पाप करना चाहता है तो जेड़ा पाप वरतना सी अभी भागीदार हो गया कहती मैं तेन मिल सकती हाँ रात के 11 बजे तो काला घूर नेरा हो अज मसिया की रात त्रिचक बहुत खुश ਕਾਪੀ ਵਿਰੋਧੀਆਂ ਨੂੰ ਹੋਰ ਕੀ ਚਾਹੀਦਾ ਹੁੰਦਾ ਜਦੋਂ ਕਹਿੰਦੇ ਦ੍ਰੋਪਦੀ ਦੇ ਬਚਨ ਆਖੇ ਉਹ ਉੱਥੇ ਬਹਿ ਗਿਆ ਕਹਿੰਦਾ ਵਾਅਦੇ ਦੀ ਪੱਕੀ ਕਹਿੰਦੀ ਜੀ ਇੱਕਦਮ ਪੱਕੀ ਰੱਬ ਦੀ ਕਸਮ ਮੈਂ ਜ਼ਰੂਰ ਆਵਾਂਗੀ ਜ਼ਰੂਰ ਜੇ ਮੈਂ ਨਾ ਆਵਾਂ ਮੇਰੀ ਰੂਹ ਹੋਊਗੀ ਆਖੋ ਸਤਨਾਮ ਮਤਲਬ ਮੈਂ ਤੇਰੇ ਕੋਲ ਆਊਂਗੀ ਇਹਨਾਂ ਕੱਪੜਿਆਂ ਦੀ ਗੱਲਾਂ ਤਾਂ ਦੱਸੀ ਜਾਂਦੀ ਸਾਰਾ ਕੁਛ ਪਰ ਜਦੋਂ ਬੰਦੇ ਦੀ ਮੱਤ ਮਾਰੀ ਹੁੰਦੀ ਨਾ ਉਹਨਾਂ ਦਿਨ ਦਾ ਪਤਾ ਲੱਗੇ ਨਾ ਰਾਤ ਦਾ ਪਤਾ ਲੱਗੇ ना अपने का ना बगाने उन्हें इंडिकेशन दे देते भी आही कपड़े होणगे अधी रात का समा होगा मैं आवा ना आवा मेरी रूह होगी किड्डी वड्डी गल कह गई प्रीचक कहता वाह जी आया तू फिर शब्द वरतदा उस वेले कहता फुलां दी ये गलिए महक दियां भी टहक दियां द्रौपदी ने झूठा हासा हसिया अंदरों ते रो रही है बेचारी वक्त की मारी है कि वड्डी मुसीबत च है उतो झूठे हासे हस रही है सो पई इस बेद सुन खीचक हर खाना
ਦੁਆਪਰ ਯੁੱਗ ਸੀ ਕੀ ਉਦੋਂ ਚੰਗੇ ਲੋਕ ਸੀ ਸਾਰੇ ਧਿਆਨ ਦਿਓ ਸਤਯੁਗ ਹੋਵੇ ਦੁਆਪਰ ਹੋਵੇ ਤ੍ਰੇਤਾ ਹੋਵੇ ਕਲਯੁਗ ਹੋਵੇ ਉਹ ਯੁੱਗ ਮੁਥਾਜ ਨਹੀਂ ਮਾੜੇ ਚੰਗੇ ਲੋਕ ਹਰ ਯੁੱਗ ਵਿੱਚ ਹਰ ਥਾਂ 'ਚ ਹਰ ਧਰਤੀ ਹਰ ਧਰਮ ਹਰ ਜਗ੍ਹਾ 'ਤੇ ਹੁੰਦੇ ਆ ਆਪੋ ਸਤਨਾਮ ਇਹ ਹੁੰਦੇ ਹੈ ਨੇ ਕੀ ਸਤਯੁਗ ਦੇ ਵਿੱਚ ਰਾਕਸ਼ ਨਹੀਂ ਸੀ ਜੇ ਦੇਵਤੇ ਸੀ ਉਦੋਂ ਕੀ ਕੁਝ ਨਹੀਂ ਸੀ ਹੁੰਦਾ ਸਭ ਕੁਛ ਹੁੰਦਾ ਸੀ ਬਸ ਕਲਯੁੱਗ ਦੇ ਵਿੱਚ ਬਦਨਾਮੀ ਜ਼ਿਆਦੇ ਹੋ ਗਈ ਥੋੜ੍ਹਾ ਜਿਹਾ ਈਜ਼ੀ ਵੇ ਹੋ ਗਿਆ ਹਰ ਕੰਮ ਹੀ ਸੌਖਾ ਹੈ ਹਰੇਕ ਬੰਦਾ ਗੁਨਾਹ ਕਰਕੇ ਮੰਨਣ ਨੂੰ ਤਿਆਰ ਨਹੀਂ ਅਪਰਾਧ ਕਰਕੇ ਲੋਕ ਆਪਣੇ ਆਪ ਨੂੰ ਸੱਚੇ ਸੁੱਚੇ ਦੱਸਣਗੇ ਇਹ ਹੈ ਕਲਯੁੱਗ ਉਦੋਂ ਇਹ ਸੀ ਵੀ ਜੋ ਅਸੀਂ ਲੋਕ ਦੱਸ ਦਿੰਦੇ ਸੀ ਭੁਗਤ ਲੈਂਦੇ ਸੀ ਸਦਾ ਵੀ ਚੰਕੋੜ ਬਹਿ ਕੇ ਮਿੱਠੀਆਂ ਗੱਲਾਂ ਕੇ ਕਹਿੰਦਾ ਤੈਨੂੰ ਪਟਰਾਣੀ ਬਣਾ ਦਿਆ ਮੇਰੇ ਕੋਲ 10,000 ਹਾਥੀਆਂ ਦੀ ਫੌਜ ਹੈ ਤੂੰ ਕਿਉਂ ਇੱਥੇ ਭੱਟ ਝੁੱਕ ਦੀ ਕਰਦੀ ਇੰਨੀ ਖੂਬਸੂਰਤ ਹੋ ਗਈ ਕੀ ਗੋਲੀਆਂ ਵਾਲੇ ਕੰਮ ਕਰਦੀ ਹੈ ਨਿਸਾ ਹੋਤ ਸੁਣੀ ਚਟ ਸਾਰੂ ਤਾਂ ਆਏ ਮਿਲ ਮੋਹੇ ਸੰਗਾਰੂ ਜਦੋਂ ਮਿੱਠੀਆਂ ਗੱਲਾਂ ਉਹ ਕਰੇ ਉਹ ਹੱਸ ਹੱਸ ਕੇ ਮਿੱਠੀਆਂ ਗੱਲਾਂ ਦਰੁਪਦੀ ਕਰੇ ਆਖਿਰਕਾਰ ਕਰੀਚਕ ਕਹਿੰਦਾ ਉਹ 4 ਸਾਲ ਵੇਖ ਚਾਰ ਸਾਲ ਮਤਲਬ ਜਿੱਥੇ ਬੱਚੇ ਪੜ੍ਹਦੇ ਸਕੂਲ ਕਹਿ ਲਓ ਪਾਠਸ਼ਾਲਾ ਕਹਿੰਦਾ ਉਹਦੇ ਪਿਛਲੇ ਪਾਸੇ ਕਮਰੇ ਵਿੱਚ ਆ ਜੀ ਸੋਈ ਜਾ ਉੱਠਿਆ ਕਹਿੰਦੀ ਜੀ ਠੀਕ ਹੈ ਕਹਿੰਦੀ ਮੈਨੂੰ ਰਸਤਾ ਨਹੀਂ ਪਤਾ ਕ੍ਰੀਚਕ ਨੇ ਰੇਕੀ ਕਰਵਾਤੀ ਰਾਹ ਵੀ ਵਿਖਾਤਾ ਵੀ ਇਸ ਰਸਤੇ ਆਈ ਕੋਈ ਸਿਪਾਹੀ ਨਹੀਂ ਕੋਈ ਪੁਲਸੀਆ ਨਹੀਂ ਇਹ ਮਹਿਲਾਂ ਦੇ ਪਿਛਲੇ ਪਾਸੇ ਤੋਂ ਰਾਹ ਆਉਂਦਾ ਜਿੱਥੇ ਭੈਣ ਦੇ ਮਹਿਲ ਨੇ ਰਾਹ ਦਿੱਤੇ ਦੇਖੋ ਪਾਪ ਬੰਦੇ ਨੂੰ ਕਿੱਥੇ ਕਿੱਥੇ ਲੈ ਜਾਂਦਾ ਉਹ ਬੜੀ ਇੱਜ਼ਤ ਨਾਲ ਸੁਣੀ ਬੜੇ ਪਿਆਰ ਨਾਲ ਅਤੇ ਕ੍ਰੀਚਕ ਨੂੰ ਇਹ ਲੱਗੇ ਵੀ ਇਹਦੇ ਲੈ ਆਈ ਬਸ ਉਹਨੂੰ ਇਹ ਨਹੀਂ ਪਤਾ ਵੀ ਇਹਦੇ ਦਿਲ 'ਚ ਕੋਈ ਚੋਰ ਹੈ ਇਹ ਕਪਟ ਕਰਦੀ ਪਰ ਸ਼ਾਬਾਸ਼ ਉਹਦੇ ਵਕਤ ਟਾਲ ਰਹੀ ਹੈ ਅਸਲ ਮੁੱਦਾ ਤੇ ਵਕਤ ਟਾਲਣਾ ਨਾ ਵਕਤ ਟਲ ਜੇ ਗੁੱਸਾ ਗੁੱਸਾ ਨਹੀਂ ਪਤਾ ਰੌਲਾ ਤੇ ਵਕਤ ਕਰੀਏ ਦੋ ਭਰਾ ਆਪਸ 'ਚ ਲੜਦੇ ਆ ਜੇ ਥੋੜ੍ਹਾ ਜਿਹਾ ਗੈਪ ਪੈ ਜੇ ਵਕਤ ਪੈ ਜੇ ਥੋੜ੍ਹੇ ਟਾਈਮ ਗੱਲ ਨਾ ਹੋਵੇ ਲੜਾਈ ਟਲ ਜਾਂਦੀ ਹੈ ਦਰੋਪਦੀ ਨੇ ਬਹੁਤ ਮਿੱਠੀਆਂ ਗੱਲਾਂ ਕੀਤੀਆਂ ਉਦੋਂ ਕੀਤੀਆਂ ਜਦੋਂ 5 ਘਰ ਵਾਲੇ ਕੰਮ ਨਾ ਆਏ ਕੋਈ ਨਾ ਖੜਿਆ ਕਹਿੰਦੀ ਮੈਂ ਇਸੇ 4 ਸਾਲ ਵਿੱਚ ਆਊਂ ਤੂੰ ਆਪਣੇ ਵਾਅਦੇ ਦਾ ਪੱਕਾ ਰਹੀ ਮੈਂ 11 ਵਜੇ ਤੋਂ ਬਾਅਦ ਆ ਜਾਣਾ ਕਹਿੰਦਾ ਤੇਰੀ ਨਿਸ਼ਾਨੀ ਕੀ ਹੈ ਕਹਿੰਦੀ ਪੈਰਾਂ ਦੀਆਂ ਪੰਜੀਰਾਂ ਜਣ ਪੈਂਦੀਆਂ ਅੱਗੇ ਪਾਉਂਦੀਆਂ ਸੀ ਉਹ ਸਾਰੀਆਂ ਗੱਲਾਂ 'ਤੇ ਯਕੀਨ ਕਰਦਾ ਹੈ ਯਕੀਨ ਕਰਾ ਰਹੀ ਹੈ ਇਹ ਤਜਰਬਾ ਹੈ ਉਹਦਾ ਇੰਨੀ ਮਿੱਠੀ ਬੋਲੀ ਦਾ ਕ੍ਰੀਚਕ ਨੇ ਥਾਂ ਦੱਸ ਦਿੱਤੀ ਕਹਿੰਦਾ ਇਸੇ ਪਾਠਸ਼ਾਲਾ ਵਿੱਚ ਆਪਾਂ ਨੇ ਮਿਲਣਾ ਏ ਇਹ ਜਾਣ ਮਨ ਕੋ ਨਹਿ ਤੁਮ ਆਏ ਹੋਰ ਭਾਈ ਤੇ ਲਿਉਂਗਾ ਹਾਏ ਇੱਕ ਗੱਲ ਕ੍ਰੀਚਕ ਨੇ ਨਾਲ ਫਿਰ ਇਹ ਵੀ ਕਹਿਤੀ ਕਹਿੰਦਾ ਯਾਦ ਰੱਖੀ ਜੇ ਰਾਤ ਸਮੇਂ ਨਾ ਆਈ ਨਾ ਸਵੇਰ ਹੋਈ ਨਾ ਅੱਜ ਤੇ ਤੈਨੂੰ ਦਿੱਤਾ ਛੱਡ ਸਭਾ ਦੇ ਵਿੱਚ ਤੇਰੇ ਤੇ ਤਰਸ ਕੀਤਾ ਹੈ ਤਰਸ ਦੱਸ ਤੇਰੇ ਤੇ ਮੈਂ ਤਰਸ ਕੀਤਾ ਦਇਆ ਕੀਤੀ ਹੈ ਕੱਲ ਤੋਂ ਬਾਅਦ ਤੇਰੀ ਪੱਤ ਲੁੱਟੀ ਜਾਏਗੀ ਸ਼ਰਿਆਮ ਤੇ ਤੈਨੂੰ ਮੌਤ ਦੇ ਘਾਟ ਹੀ ਉਤਾਰਿਆ ਜਾਏਗਾ ਫਿਰ ਵੇਖੂ ਤੇਰੇ ਕਿਹੜੇ ਕਧਾਰ ਕਰੂਗੇ ਦਰੋਪਦੀ ਹੱਥ ਜੋੜ ਕੇ ਚਰਿੱਤਰ ਕਰਕੇ ਤੇਰੀ ਨਾ ਇਦਾ ਨਾ ਕਰੀ ਮੈਂ ਤੇ ਸਮੇਂ ਦਿੱਤੇ ਤੂੰ ਪਹਿਲਾਂ ਹੀ ਆ ਜਾਣਾ ਮੈਨੂੰ ਜਲੀਲ ਨਾ ਕਰੀ ਮੈਨੂੰ ਜਲੀਲ ਨਾ ਕਰੀ ਹੁਣ ਵੇ ਲੱਗਦਾ ਡਰ ਗਈ ਹੈ ਇਹ ਘਬਰਾਈ ਹੋਈ ਹੈ ਕਿਉਂਕਿ ਉਹਨੇ ਦਾਬਾ ਵੀ ਮਾਰਤਾ ਨਾ ਨਾਲ ਵੀ ਜੇ ਅੱਜ ਤੂੰ ਦਿੱਤੇ ਹੋਏ ਸਮੇਂ ਤੇ ਨਾ ਪਹੁੰਚੀ ਸਵੇਰ ਹੁੰਦੇ ਆ ਤੈਨੂੰ ਜਲੀਲ ਕਰਨਾ ਏ ਕੁੜੀ ਸਿੰਘ ਤੇ ਮਿਰਗੀ ਜੈਸੇ ਗਮਨਿਓ ਸਦਨ ਵਿਖੇ ਤਜ ਤੈਸੇ ਸ਼ਾਮ ਦਾ ਵੇਲਾ ਹੋ ਗਿਆ ਜੀ ਕਹਿੰਦੇ ਕ੍ਰੀਚਰ ਕਹਿੰਦਾ ਜਾ ਚਲੀ ਜਾ ਕਹਿੰਦੀ ਏਦਾਂ ਭੱਜੀ ਜਿਵੇਂ ਕਿਤੇ ਸ਼ੇਰਨੀ ਦੇ ਮੂੰਹ ਦੇ ਵਿੱਚੋਂ ਹਿਰਨੀ ਨਿਕਲ ਕੇ ਭੱਜਦੀ ਹੋਵੇ ਤਾਂ ਤੋਪੀ ਜਾ ਪੈਰਾਂ 'ਚ ਜੁਲਾ ਰੋਂਦੀ ਜਾਂਦੀ ਕਿੱਥੇ ਪਹੁੰਚੀ ਜਿੱਥੇ ਸ਼ਾਮ ਦੇ ਵੇਲੇ 5 ਪਾਂਡਵ ਬੈਠੇ ਰੋ ਰਹੇ ਸੀ ਇਹ ਸੋਚਦੇ ਆ ਪਾਪ ਹੋ ਚੁੱਕਿਆ ਕਿਸੇ ਨੂੰ ਮੂੰਹ ਵਿਖਾਉਣ ਦੇ ਲਾਇਕ ਨਹੀਂ ਰਹੇ ਪਤਨੀ ਸਾਡੀ ਆ ਕਿਉਂਕਿ 5 ਮਰਦ ਹੋ ਕੇ ਵੀ ਮਰਦਾਂ ਵਰਗੇ ਰਹੇ ਖੜ ਨਹੀਂ ਸਕੇ ਨਾ ਕਹਿੰਦੇ ਇਹ ਮੈਨੂੰ ਦਰਵਾਜ਼ਾ ਖੜਕਾ ਖੜਕਿਆ ਦਰਵਾਜ਼ਾ ਭੀਮ ਉੱਠਿਆ ਯੁਧਿਸ਼ਠਿਰ ਕਹਿੰਦਾ ਨਹੀਂ ਦਰਵਾਜ਼ਾ ਮੈਂ ਖੋਲ੍ਹਿਆ
अगे हो के दरवाजा खोलिया की वेखते दे फटे हुए कपड़े खुले बाल अखा में चलू द्रौपदी सामने खड़ी है बिथरे बार बदन कुमलानो द्रौपदी अंदर आई दरवाजा ला रोई फट फुट के बाबा मेरे पे पता च भी तू पाया ते सजना कटेगा भी तू आखो सतना दुनिया किसे दा मेरा कोई नहीं ਪੰਜਾਂ ਨੂੰ ਸੁਣਾ ਕੇ ਉੱਚੀ ਉੱਚੀ ਰੋਂਦੀ ਐ ਫੁੱਕੇ ਧਰ ਸਿਥਲ ਸਭ ਅੰਗ ਲਪਟ ਧੂਲ ਤਨ ਭਇਓ ਕੁਰੰਗ ਰੂਪ ਕਹਿੰਦੇ ਹਾਲੋ ਬਿਹਾਲ ਹੋਇਆ ਧੂੜ ਮਿੱਟੀ ਨਾਲ ਮੂੰਹ ਸਿਰ ਭਰਿਆ ਹੋਇਆ ਬੁੱਲ ਸੁੱਕੇ ਹੋਏ ਨੇ ਨੁਗਲ ਪਾਣੀ ਲੈ ਕੇ ਆਇਆ ਉਹਨੇ ਪਾਣੀ ਪਿਲਾਇਆ ਉਹ ਰੋਵੇ ਪੰਜਾਂ ਦੇ ਕੋਲ ਬਹਿ ਕੇ ਭੁੱਬਾ ਮਾਰ ਮਾਰ ਕੇ ਰੋਂਦੀ ਐ ਤੇ ਧੀ ਤੜਫਦਾ ਕਲ ਕਹਿੰਦਾ ਕੀ ਹੋਇਆ ਕਹਿੰਦੀ ਅੱਜ ਮੈਨੂੰ ਮੇਰੇ ਰੱਬ ਨੇ ਬਚਾਇਆ ਮੇਰੀ ਪੱਤ ਬਚ ਗਈ ਪਰ ਯਾਦ ਰੱਖਿਓ ਕੁਝ ਸਮੇਂ ਨਹੀਂ ਬਚੀ ਹੈ ਜੇ ਤੁਹਾਡੇ ਚੋਂ ਕੋਈ ਬੌੜੇ ਆ ਨਾ ਬਚਣੀ ਇਹ ਵੀ ਨਹੀਂ ਆਖ ਸਤਨਾਮ ਆਨਾ ਮਾਰਿਆ ਦ੍ਰੋਪਦੀ ਇਹ ਸੁਣ ਕੇ ਜਰਿਆ ਨਾ ਗਿਆ ਵੀ ਤੁਸੀਂ ਇੱਕ ਵਾਰ ਹੋ ਗਈ ਯਾਰ ਗੱਲ ਦੋ ਵਾਰ ਹੋ ਗਿਆ ਇਹੋ ਜਿਹੇ ਜਿਉਣ ਦੇ ਨਾਲੋਂ ਮਰਨਾ ਚੰਗਾ ਹੁੰਦਾ ਏ ਉਠਾ ਸਭ ਸਵਾ ਸੋ ਹੋਤ ਭਈ ਜਬ ਰੈਨ ਔਰ ਬੇਸੂਰ ਪਾਂਡਵ ਗਏ ਜੈ ਜੈ ਤਿਨ ਕੇ ਐਨ ਇੱਧਰ ਪਾਂਡਵ ਰੋਣ ਰਾਤ ਦਾ ਸਮਾਂ ਸ਼ੁਰੂ ਹੋ ਗਿਆ ਜੀ ਰਾਜਾ ਵਿਰਾਟ ਆਪਣੀ ਸਭਾ ਚ ਉੱਠ ਕੇ ਚਲੇ ਗਿਆ ਦ੍ਰੋਪਦੀ ਨੇ ਸੋਹਣੇ ਵਸਤਰ ਪਾਏ ਤਿਆਰ ਹੋ ਗਈ ਵਿਚਾਰੀ ਕੀ ਕਰੇ ਹੁਣ ਜਦੋਂ ਜਵਾਨ ਕੀਤੀ ਜਾਣਾ ਪੈਣਾ ਭੀਮ ਨੇ ਰਸਤਾ ਰੋਕਿਆ ਕਿਤੇ ਕਿੱਥੇ ਚੱਲੀ जग ते का जीवना रह गया भोजन करन होती जे थाई ਬੈਠਿਓ ਭੀਮ ਤਾਂ ਪਛਤਾਏ ਭੀਮ ਬੈਠਾ ਪਛਤਾਉਂਦਾ ਹੱਥ ਮਲਦਾ ਆਖਿਰਕਾਰ ਕੇ ਰੋਟੀ ਲਿਆਂਦੀ ਗਈ ਥੋੜੀ ਥੋੜੀ ਖਾਧੀ ਜਦੋਂ ਬੰਦਾ ਦੁਖੀ ਹੁੰਦਾ ਨਾ ਰੋਟੀ ਛੱਡ ਦਿੰਦਾ ਛੱਡਣੀ ਨਹੀਂ ਚਾਹੀਦੀ ਭਾਵੇਂ ਖਾਓ ਦਿਲ ਕਰੇ ਨਾ ਕਰੇ ਕਿਉਂਕਿ ਜੇ ਕੁਝ ਖਾਓਗੇ ਬ੍ਰੇਨ ਕੰਮ ਤਾਂ ਕਰੂ ਦਰਜੋਧਰ ਬੜਾ ਸਿਆਣਾ ਸੀ ਧਰਮੀ ਪੁਰਸ਼ ਸੀ ਉਹਨੇ ਸਾਰਿਆਂ ਨੂੰ ਇੱਕ ਇੱਕ ਫੁਲਕਾ ਛਕਾਇਆ ਅੱਗੇ ਦੋ ਵਾਰ ਤੁਸੀਂ ਜਲੀਲ ਕਰਾ ਕੇ ਰੱਖਦਾ ਜੇ ਅੱਜ ਵੀ ਮੈਂ ਤੁਹਾਡੇ ਮਗਰ ਲੱਗ ਗਈ ਨਾ ਮੈਂ ਨਾ ਧੁਰਦੀ ਰਹਿਣਾ ਨਾ ਧਾਰਦੀ ਰਹਿਣਾ ਮਰਨਾ ਤੇ ਹੈ ਹੀ ਹੈ ਮੈਂ ਪਰ ਹੁਣ ਜੀ ਕੇ ਰਹਿਣ ਦੇ ਰੂਪ ਨਾਲ ਕਲੰਕ ਲੱਗਣਾ ਤੇ ਲੱਗ ਹੀ ਜਾਣ ਦੇ ਓਏ ਤਿਮਰ ਦਰੋਪਤੀ ਆਈ ਰੋਏ ਭੀਮ ਕੀ ਗਰ ਲਪਟਾਈ ਇਹਦੇ ਭੀਮ ਨੇ ਗਲਬੱਕੜੀ ਵਿੱਚ ਲੈ ਕੇ ਆਪਣੀ ਪਤਨੀ ਨੂੰ ਹੌਸਲਾ ਦਿੱਤਾ ਸਿਰ ਤੇ ਹੱਥ ਰੱਖਿਆ ਕਹਿੰਦਾ ਨਾ ਰੋ ਨਾ ਵਕਤ ਲੰਘਿਆ ਰੋ ਨਾ ਕਹਿੰਦਾ ਤੂੰ ਨਹੀਂ ਜਾਣਾ ਤੇਰੀ ਥਾਂ ਮੈਂ ਜਾਵਾਂਗੀ ਉੱਥੇ ਦੀ ਕੀ ਗੱਲਾਂ ਕਰਦੇ ਤੁਸੀਂ ਕ੍ਰਿਚਿਤ ਰਾਜੇ ਦਾ ਰਿਸ਼ਤੇਦਾਰ ਹੈ ਜੇ ਪਤਾ ਲੱਗ ਗਿਆ ਵੀ ਤੁਸੀਂ ਆਏ ਹੋ ਤੁਹਾਡੇ ਸਮੇਤ ਸਾਰੇ ਮਾਰੇ ਜਾਵਾਂਗੇ ਦੁਰਯੋਧਨ ਕਹਿੰਦਾ ਦ੍ਰੋਪਦੀ ਚੁੱਪ ਹੋ ਜਾ ਰੋ ਨਾ ਡਰ ਨਾ ਜਿੰਨਾ ਜਲੀਲ ਹੋਣਾ ਸੀ ਅਸੀਂ ਹੋ ਰਿਹਾ ਇਹ ਤੋਂ ਵੱਧ ਬਦਨਾਮੀ ਨਹੀਂ ਕੱਟ ਸਕਦੇ ਸ਼ੁਕਰ ਪਰਮਾਤਮਾ ਦਾ ਤੂੰ ਇੱਜ਼ਤ ਬਚਾ ਕੇ ਘਰੇ ਆ ਗਈ ਹੁਣ ਤੈਨੂੰ ਆਪ ਰੋਲਣ ਥੋੜਾ ਵੀ ਜਾਵੇ ਜੋ ਹੋਣਾ ਸੀ ਹੋ ਗਿਆ ਦ੍ਰੋਪਦੀ ਕਹਿੰਦੀ ਹੁਣ ਕੀ ਫਾਇਦਾ ਕੌਰਵਾਂ ਦੀ ਸਭਾ ਤੇ ਤੁਸੀਂ ਨਹੀਂ ਬੋਲਦੇ ਵਿਰਾਟ ਦੀ ਸਭਾ ਦੇ ਵਿੱਚ ਤੁਸੀਂ ਰੋਕ ਨਾ ਸਕੇ ਆਰ ਬ੍ਰਿਖ ਜਿਉਂ ਲਤਾ ਸੋ ਲਾਗੇ ਰੋਵਤ ਜਨ ਧੋਵਤ ਦੁੱਖ ਦਾਗੇ ਪਰ ਰੋ ਰੋ ਕੇ ਉਹਨੇ ਆਪਣੇ ਪਤੀਆਂ ਨੂੰ ਧੋਤਾ ਜੀ ਬਾਹਨੇ ਮਾਰ ਮਾਰ ਕੇ ਮਾੜਾ ਚੰਗਾ ਕਹਿ ਕੇ ਕਹਿੰਦੀ ਮਰ ਜਾਓ ਤੁਸੀਂ ਇਹਦੇ ਨਾਲ ਗੱਲਾਂ ਤੇ ਸੱਚੀਆਂ ਹੀ ਹੁਣ ਜਦੋਂ ਇਹ ਗੱਲਾਂ ਸੁਣੀਆਂ ਦਿਲ ਨੂੰ ਲੱਗੀਆਂ
भीम ने फिर पूरी तैयारी कर ली। कहता अज जो मर्जी हो जाए मरना कबूल है पर तू दहलीज नहीं लुटे द्रौपदी तू इस घर तो बाहर कदाचित जावेगी नहीं। देवाग न जाए बखाना गद गद गिरा परम डर माना। इधर द्रौपदी डर गई कृष्ण तो डरी हुई शरीर कंपे बेहोश हो गई। होश भी ले गया बड़ा समझाया दिलासा दिता पर वो डर दी बहुत है। तीर जपन बैन उचारे पांचो पद तुम मोर खवारे। फिर हाथ जोड़ के आखन लगी कहती आखरी बार है पांचो तुसी पति एक होवे ते वड्डी गल पांचो के नहीं पत बचा सकी। भीम कहता अपने कपड़े मेल दे बदल क्या कपड़े उन्होंने वादा किया सी चट्टे कपड़े सफेद वस्त्र पाके आऊंगी पैरां च पंजेबां पाके आऊंगी मेरा मुख कजे आऊ मैनू कोई वेखे ना मिलूगी तेनू उड़ी थान दसी चार साल उधर क्रीचक तैयार होया बैठा रात अठ नौ बजे हूँ कितने नींद आई अच पापी बंदा पापी व्यक्ति है फिर नींद कितने इधर भीम ने आखिया भी तू बदल नहीं बटना पर डरती है उधर अंदर भी जे कुछ गलत हो गया मन लो भीम जाता फड़िया जाए वो फौज हो गए सेनापति हो सारे मारे जावांगे नाले पाल बलूगा सूर अत बलि तुम हो वत सत कर बल कर। आखिरकार द्रौपदी ने भी कह दिता कि मैं नहीं जाती भीम तू अपने आप नु भीम बनिया फिरदा एडा बलि हाथ लिया जिन्ना बल तू क्यों नहीं जाता। जो कहते औरत ने मेड़े मारे द्रौपदी ने तैयार हो गया उन्हें पाली लाली सारी गड्डी एवं थोड़ा मर्द ने कहता रूबे पांडव भाई मजूर रोए ने मर्द उस दिन मर जाता जितने औरतों के कपड़े पाने पै जा पर उठ के हो गए पाते खोल के वेखो टिकटॉक खोल के वेखो इंटरनेट मैं कहना जिन्हें पुठे काम हो इन्होंने मर्दा को दुनिया को उत्ते रब रखा जी बस रोई हाल पर उन्होंने समय सुथना पाया सलवार पाया मन हो जाता सी कदों पाइया जो खालस का राज हो जसा सिंह रामगढ़ी आलूवालिया हरि सिंह नलूआ इन्होंने नाम तो डरते मुसलियां ने सुथना पा लिया मुगलों ने उत्ते बुरके पा लाए तो साढ़े वाले आ पगा बनी फिरते जोड़े सलवार पाई फिरते दस तुहाडा की बनना यार तुम तो जनानियों तो भरे जनानियां पेंटा पाई फिरते सलवार दे लगे इस थान की गल ये सरदारा भी जो भागना दी कहती अज जब वो कपड़े द्रौपदी के पाए वो पति ने जो बली बहुत है तहां मार के रोया कहां मिलन संकेत को जो न जाऊं तही पास और भई ले जावे जय कर अपना आवास। जो कपड़े पाने शुरू किए तो द्रौपदी गुड़ गुड़ थोड़ी खड़ी रोई जाए कहती जे कुछ गलत हो गया पता लग गया सवेर होंद क्रीचक बह फट के लै जू फिर की करा शरेआम बाजार इज्जत लुटे है तो यहो जी सी सारे पापी लोग उन्होंने कहना कोई संघ शर्म है जब कोई डर पै किसी का चिंता बहुत कुछ जर लिया बड़ा कुछ वेख लिया कहता मैं पक्का टिकाणा दस उन्हें मिलना दे उन्हें फिर सारा दसिया भी जी पाठशाला का कमरा है उन्हें मैं उठे बुलाया इन्ने बजे बुलाया अज मसिया की रात है समय तो पहला मैनू पुजना पैना है शीतल श्वास भरे कै बैन बिलोचन ते जल ना ठहराए। इधर द्रौपदी डरती उधर भीम ने कपड़े पाले जी सिर तो लैके पैरों तक वस्त्र पाए सफेद सारी गल सिर कजिया गुग दर लई मरन हो जाता मर योजे का पता है हथा में चूड़े पाए मथे से तिल टिके लाए सोना हार शिंगार औरतों वाला गीता बुलाते दासा बड़े आए बड़ी सरिता में बूढ़ पाव करार कौन पाए। इधर ते भीम तैयार हो गया जी पूरा उधरों द्रौपदी नूं चिंता पई एक तो एक वक्त छड़िया थोड़ा जिहा हौसला मिलिया सी चल मेरी तां भीम जाऊगा की पता उत्थे की होणा है
ਪਰ ਹੁਣ ਫਿਕਰ ਪੈ ਗਿਆ ਜੇ ਭੀਮ ਦਾ ਪਾਜ ਖੁੱਲ ਗਿਆ ਤੇਰਾ ਤੇ ਰਹਿਣਾ ਕੁਛ ਨਹੀਂ ਚਿੰਤਾ ਦੀ ਲਹਿਰ ਹਰ ਵੇਲੇ ਰੋਣਾ ਹਰ ਵੇਲੇ ਤੜਫਣਾ ਇਦੋਂ ਮਾੜੇ ਦੁੱਖ ਜ਼ਿੰਦਗੀ 'ਚ ਕਿਸੇ ਦੇ ਕੀ ਹੋ ਸਕਦੇ ਆ ਔਰ ਹੈ ਕੌਣ ਹੈ ਇੱਕ ਮਹਾਰਾਜੇ ਦੀ ਧੀ ਜਿਹੜੀ ਲਾਟਾਂ ਨਾਲ ਜੰਮੀ ਪਾਲੀ ਕਿਹੜੀ ਕਿਰਤਾਚਾਰੀ ਵਿਚਾਰੀ ਨੌਕਰਾਂ ਵਾਲੀ ਜ਼ਿੰਦਗੀ ਸੀ ਉਹ ਤੋਂ ਵੀ ਬਦਤਰ ਹੋ ਗਈ ਹੈ ਭੀਮ ਨੇ ਜੀ ਬਸਤਰ ਪਾਲੇ ਪੈਰਾਂ 'ਚ ਪਾਲੀਆਂ ਪੰਜੇਬਾਂ ਹੱਥਾਂ 'ਚ ਪਾਲੇ ਚੂੜੇ ਨੱਕ 'ਚ ਪਾਲਿਆ ਕੋਟਾ ਕੰਨਾਂ ਵਿੱਚ ਪਾਈਆਂ ਵਾਲੀਆਂ ਇਹਦੇ ਸੂਬ ਦ੍ਰੋਪਦੀ ਵਰਗਾ ਲਿਬਾਸ ਬਣਾਇਆ ਏ ਭੀਮ ਕਹਿਓ ਤੈਂ ਜਾਵੋ ਮੈਂ ਔਰ ਧੀਰ ਦਈ ਸਭ ਪੀਰ ਮਿਟਾਈ ਚਾਰਾਂ ਪਾਖਿਆ ਦ੍ਰੋਪਦੀ ਦਾ ਧਿਆਨ ਰੱਖਿਓ ਕਹਿੰਦਾ ਮੈਂ ਚੱਲਿਆ ਰੋਇਆ ਤੇ ਬਹੁਤ ਆ ਜਾਣ ਲੱਗਿਆ ਉਹ ਕੰਮ ਕਰਕੇ ਚੱਲਿਆ ਜਿਹੜਾ ਕਦੇ ਜ਼ਿੰਦਗੀ ਦੀ ਸੋਚਿਆ ਨਹੀਂ ਆ ਕੱਪੜੇ ਪਾਉਣੇ ਸੀ ਮੈਂ ਭੀਮ ਦਾ ਰੋਹਾ ਪੂਰਾ ਭਾਰਤ ਮੰਨਦਾ ਸੀ ਲੋਕੀ ਕਹਿੰਦੇ ਸੀ ਪਾਂਡਵਾਂ ਚੱਦ ਵੀ ਅਖਾਣਾ ਕਹਿੰਦੇ ਐਡਾ ਤੂੰ ਭੀਮ ਜੈਨ ਵਾਲਿਆ ਐਡਾ ਭੀਮ ਬੜਾ ਐਡਾ ਬਲੀ ਸੀ ਉਹ ਪਰ ਕਹਿੰਦੇ ਨੰਗੇ ਪੈਰ ਚੱਲਿਆ ਪੈਰ 'ਚ ਪੰਜੇਬਾਂ ਪਾ ਕੇ ਛਣ ਛਣ ਕਰਦਾ ਚਾਰ ਸਾਲ ਦੇ ਨੇੜੇ ਆ ਸਮਾਂ ਸਮਾਪਤ ਹੋਇਆ ਜਿਵੇਂ ਜਿਵੇਂ ਪ੍ਰਸੰਗ ਆਉਣਗੇ ਵੇਖੋ ਪਾਂਡਵਾਂ ਨੂੰ ਕਿੰਨੇ ਦੁੱਖ ਚੱਲਣੇ ਕਿੰਨੇ ਦੁੱਖ ਕੀ ਜੇਕਰ ਆਹਦੇ ਆਪਾਂ ਬਹੁਤ ਘੱਟ ਕਰਕੇ ਸੁਣਾ ਰਹੇ ਹਾਂ ਇਹ ਤੋਂ ਵੀ ਵੱਧ ਦੁੱਖ ਉਹਨਾਂ ਨੂੰ ਝੱਲੇ ਜਦੋਂ ਆਹ ਦੁੱਖ ਸੁਣਦੇ ਹਾਂ ਫਿਰ ਸਾਨੂੰ ਲੱਗਦਾ ਯਾਰ ਸਾਡਾ ਤਾਂ ਦੁੱਖ ਹੀ ਕੋਈ ਨਹੀਂ ਸਾਡੇ ਕਾਹਦੇ ਦੁੱਖ ਨੇ ਉਹ ਤੇ ਚੰਗੇ ਭਲੇ ਖਾ ਪੀ ਕੇ ਲੱਤਾਂ ਮਾਰਦੇ ਫਿਰਦੇ ਰੱਬ ਨੂੰ ਰੋਜ਼ੀ ਮਾੜਾ ਬੋਲੀ ਜਾਂਦੇ ਕਿਹੜਾ ਦੁੱਖ ਆ ਸਾਨੂੰ ਕਿਹੜਾ ਰੋਗ ਲੱਗਾ ਅਸੀਂ ਸੁਖੀ ਬਹੁਤ ਹਾਂ ਪਰ ਸਾਨੂੰ ਸੁਖੀ ਰਹਿਣਾ ਹੀ ਨਹੀਂ ਆਉਂਦਾ ਸਾਨੂੰ ਸ਼ੁਕਰ ਕਰਨਾ ਨਹੀਂ ਆਉਂਦਾ ਮਰਦ ਲਿਖਦੇ ਰੋਵੇ ਪਾਂਡਵ ਭਏ ਮਜ਼ੂਰ ਜਿੰਨ ਕੇ ਸਵਾਮੀ ਰਹਿਤ ਹਜ਼ੂਰ ਕ੍ਰਿਸ਼ਨ ਜੀ ਜਿਨ੍ਹਾਂ ਦੇ ਨਾਲ ਰਹਿੰਦੇ ਤੇ ਅੱਜ ਉਹ ਕਿਹੜੇ ਹਾਲਾਤਾਂ 'ਚ ਰਹਿ ਰਹੇ ਆ ਦੱਸ ਰਹੇ ਆ ਤੁਹਾਨੂੰ ਤੁਹਾਡੇ ਕਰਮਾਂ ਨੇ ਬਚਾਉਣਾ ਤੇ ਕਰਮਾਂ ਨੇ ਮਾਰਨਾ ਕੋਈ ਬਚਾ ਨਹੀਂ ਸਕਦਾ ਵਾਹਿਗੁਰੂ ਵਾਹਿਗੁਰੂ